महफिल टीवी देख रहे सारे दर्शकों मेरे वालों यानी कि अमनदीप कौर वालों प्यार भरी सत श्रीकाल। अज साडे नाल तीआं दे मेले ते स्पैशली पहुंचे हुए ने सोनिया सिद्धू जी। सत श्रीकाल सोनिया सिद्धू जी। सत श्रीकाल जी, महफिल टीवी दे सारे व्यूअर्स नूं मेरे वालों प्यार भरी सत श्रीकाल। सोनिया जी, तुसी मतलब ब्रैम्पटन सिटी भी तुसी बहुत ज्यादा उन्होंने वधिया काम कर रहे हो, सो असीं सारे तुहाडे बहुत बहुत धन्यवाद दी। जिहड़ा इत्थे तीआं दे मेले दीआं रौनकां लगियां ने उहदे बारे तुसी की कहना चाहुंदे हो? थैंक यू जी। सब तो पहला कि असी सारी ही ब्रैम्पटन के जिन्हें भी एम पीज़ आ, वी आर वर्किंग इन वन टीम, सारे ही बहुत मेहनत कर रहे हैं। जिमें कि अज तुसी तीआं दा त्यौहार सारे तुसी बड़े खुशियां नाल चावां नाल मना रहे हो, सो मैनूं बड़ा अच्छा लग रहा कि जॉइन करके, तो जिमें सब अपने तुसी कल्चर रूट्स नाल जुड़ रहे हो, नवीं जनरेशन नूं दस रहे हो कि साढ़े तीआं दा त्यौहार दा की पिछोकड़ है, बड़ा अच्छा लग रहा। सारे बड़े बड़े खुशी स्पिरिट दे विच हैगे सारे, सो बहुत सारे इंजॉय कर रहे हैं। ਜਿਵੇਂ ਅੱਜ ਮੁਟਿਆਰਾਂ ਨੇ ਪੰਜਾਬੀ ਸੂਟ ਪਾਏ ਹੋਏ ਨੇ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਮੈਨੂੰ ਵੀ ਕਿਹਾ ਅਗਲੀ ਵਾਰੀ ਮੈਂ ਵੀ ਪੰਜਾਬੀ ਸੂਟ ਪਾ ਕੇ ਆਊਂਗੀ। ਇਸ ਵਾਰੀ ਮੈਂ ਜਸਟ ਕਿਸੇ ਹਾਕੀ ਫੀਲਡ ਤੋਂ ਇੱਥੇ ਸਿੱਧੀ ਆ ਰਹੀ ਹਾਂ, ਨੈਕਸਟ ਟਾਈਮ ਮੈਂ ਵੀ ਇਹ ਸੂਟ ਪਾ ਕੇ ਨਾਲ ਹੀ ਸ਼ਾਮਿਲ ਹੋਵਾਂਗੀ। ਬੜਾ ਅੱਛਾ ਲੱਗ ਰਿਹਾ, ਰੰਗ ਬਿਰੰਗੇ ਸੂਟ ਪਾਏ ਹੋਏ ਆ, ਜਿਵੇਂ ਤੁਹਾਡਾ ਸੂਟ ਵੀ ਬਹੁਤ ਸੋਹਣਾ ਲੱਗ ਰਿਹਾ। ਥੈਂਕ ਯੂ ਸੋ ਮਚ ਜੀ। ਦੇ ਜਿਹੜੇ ਵਿਊਅਰਸ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬਿਲਕੁਲ ਜੀ, ਜਿਵੇਂ ਕਲਚਰਲ ਰੂਟਸ ਨਾਲ ਸਾਰੇ ਤੁਸੀਂ ਜੁੜੋ, ਆਪਣੀ ਜਨਰੇਸ਼ਨਸ, ਆਉਣ ਵਾਲੀਆਂ ਜਨਰੇਸ਼ਨਸ ਨੂੰ ਵੀ ਜੋੜੋ, ਅਤੇ ਬੜਾ ਅੱਛਾ ਲੱਗ ਰਿਹਾ। ਅਤੇ ਮੈਂ ਇਹੀ ਕਹੂੰਗੀ ਜੀ, ਬੱਚਿਆਂ ਨੂੰ ਨਾਲ ਲਿਆਓ, ਜਿਵੇਂ ਕਿ ਹੈਲਥੀ ਲਾਈਫ ਸਟਾਈਲ ਨੂੰ ਵੀ ਪ੍ਰਮੋਟ ਕਰ ਰਹੀਆਂ ਸਾਡੀਆਂ ਭੈਣਾਂ, ਬਹੁਤ ਅੱਛਾ ਲੱਗ ਰਿਹਾ ਜੀ। ਥੈਂਕ ਯੂ ਫੋਰ ਹੈਵਿੰਗ ਮੀ ਔਨ ਦੀ ਚੈਨਲ। ਦੇ ਸੀਈਓ ਜਸਵਿੰਦਰ ਖੋਸਾ ਜੀ ਹੈ, ਜਿਨ੍ਹਾਂ ਦੀ ਬਦੌਲਤ ਆਪਾਂ ਅਸੀਂ ਇੱਥੇ ਅੱਜ ਅਸੀਂ ਖੜ੍ਹੇ ਹਾਂ, ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਜਿਵੇਂ ਕਿ ਤੁਸੀਂ ਸਾਰੇ ਹੀ ਮਹਿਫਲ ਟੀਮ ਸਾਹਿਬ ਬਹੁਤ ਹੀ ਪ੍ਰਮੋਟ ਕਰ ਰਹੇ ਆ ਪੰਜਾਬੀ ਕਲਚਰ ਨੂੰ, ਜਸ ਕੀਪ ਇਟ ਅਪ, ਕੀਪ ਦੈਟ ਸਪਿਰਿਟ ਅਪ, ਅਤੇ ਬਹੁਤ ਅੱਛਾ ਲੱਗਦਾ ਹੈ। ਐਂ ਜੀ, ਤੁਸੀਂ ਕਰਦੇ ਰਹੋ। ਥੈਂਕ ਯੂ। ਇੱਥੇ ਨੇ ਕੁਝ ਲੇਡੀਜ਼ ਕਹਿ ਰਹੀਆਂ ਸੀ ਵੀ ਆਈ ਡੋਟ ਨੋ, ਹੈ ਨਾ, ਜਸਟ ਪੰਜ ਸੇਕ ਭਾਵੇਂ ਕਹਿ ਰਹੀਆਂ ਹੋਣਗੀਆਂ ਵੀ ਅਸੀਂ ਕਹਿੰਦੇ ਵੀ ਜਸਟਿਨ ਟਰੂਡੋ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ, ਤੁਸੀਂ ਉਹਨਾਂ ਦੀ ਗੱਲ ਆਈ ਡੋਟ ਨੋ ਤੁਸੀਂ ਪਹੁੰਚਾਓਗੇ ਕਿ ਨਹੀਂ, ਤਾਂ ਤੁਸੀਂ ਉਸ ਬਾਰੇ ਗੱਲ ਬਾਰੇ ਕੀ ਕਹਿਣਾ ਚਾਹੋਗੇ? ਜੀ, ਸਾਡੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਸਾਰਿਆਂ ਦੇ ਬਹੁਤ ਫੇਵਰੇਟ ਹੈ। ਹਾਂਜੀ, ਅਤੇ ਜ਼ਰੂਰ ਮੈਂ ਇਹਨਾਂ ਦਾ ਸੁਨੇਹਾ ਉੱਥੇ ਪਹੁੰਚਾਉਂਗੀ। ਹਾਂਜੀ ਹਾਂਜੀ, ਜ਼ਰੂਰ। ਥੈਂਕ ਯੂ ਸੋ ਮਚ, ਬਹੁਤ ਚੰਗਾ ਲੱਗਾ ਤੁਹਾਡਾ ਗੱਲਬਾਤ ਕਰਕੇ। ਥੈਂਕ ਯੂ ਸੋ ਮਚ।